ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਧਨ ਜਿਹ ਤੋ ਕਾ ਦਿਓ ਤਾਂ ਸਿਓ ਨੇਹ ਨ ਕੀਨ ਕਹ ਨਾਨਕ ਨਰ ਬਾਵਰੀ ਆਪ ਕਿਉ ਡੋਲਤ ਦੀਨਾ ਤਨ ਧਨ ਜਿਹ ਤੋ ਕਉ ਦੀਓ ਤਾਂ ਸੋ ਨੇਹ ਨਾ ਕੀਨਾ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸ ਨੂੰ ਸਾਧ ਸੰਗਤ ਅਤਿਵਡ ਭਾਗੀ ਹਾਂ ਜੋ ਧੰਨ 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 ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਹਾਂ ਇਲਾਹੀ ਗੁਰਬਾਣੀ ਦਾ ਕੀਰਤਨ ਭਜਨ ਆਪਾਂ ਸ਼੍ਰਾਵਣ ਕਰ ਰਹੇ ਸੀ ਜਿੰਨਾ ਸਮਾਂ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਪਾਰ ਕਿਰਪਾ ਰਹਿਮਤ ਕਰਕੇ ਬਖਸ਼ਦੇ ਹਨ ਜੋ ਚੱਲ ਰਹੀ ਲੜੀਵਾਰ ਪੋਗਾ ਦੇ ਸ਼ਲੋਕ ਨੌਵੇਂ ਪਾਤਸ਼ਾਹ ਜੀ ਦੀ ਰਚਤ ਗੁਰਬਾਣੀ ਨਾਲ ਜੋੜ ਕਰਕੇ ਬਖਸ਼ੇ ਹੋਏ ਸਵਾਸਾਂ ਨੂੰ ਸਫਲ ਬਣਾਈਏ ਜੀ ਤਿਲਕ ਜੰਨਿਉ ਰਾਖਾ ਪ੍ਰਪਤਾਕ ਕਿਨੋ ਵੱਡੋ ਕਲੂ ਮੈ ਸਾਕ ਐਸੇ ਦੀਨ ਦਇਆਲ ਸਤਿਗੁਰੂ ਜੀ ਜੋ ਸਾਡੇ ਭਲੇ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਜੋ ਸਿੱਖਿਆ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿੱਤੀ ਸਮਝਾਉਣ ਦਾ ਯਤਨ ਕੀਤਾ ਉਹ ਵਿਰਾਗਮਈ ਗੁਰਬਾਣੀ ਕਿ ਸਾਡਾ ਮਨ ਵੀ ਉਸ ਰੱਬ ਵਾਲੇ ਪਾਸੇ ਮੁੜ ਸਕੇ ਕਿਉਂਕਿ ਗ੍ਰੰਥਾਂ ਦਾ ਬਚਨ ਹੈ ਕਿ ਜਿਹੜਾ ਸਾਡਾ ਮਨ ਹੈ ਜਿਸ ਤਰ੍ਹਾਂ ਅੱਗ ਦੀ ਲਾਟ ਹੈ ਜਿਹੜੀ ਸੁਤੇ ਸਿਧ ਆਕਾਸ਼ ਵੱਲ ਚੱਲਦੀ ਹੈ ਵਾ ਜਦੋਂ ਅੱਗ ਦਾ ਭਾਂਬੜ ਮਚਦਾ ਤੇ ਆਕਾਸ਼ ਵੱਲ ਉੱਠਦੀ ਹੈ ਅੱਗ ਤਾਂ ਹਨ ਇਸੇ ਤਰ੍ਹਾਂ ਮਨ ਦੀ ਵਰਤੀ ਐਸੀ ਹੈ ਕਿ ਸੁਤੇ ਸਿੱਧੀ ਇਹ ਪਾਪਾਂ ਵੱਲ ਨੂੰ ਹੀ ਭੱਜਦਾ ਹੈ ਇਹਨੂੰ ਸੁਚੇਤ ਕਰਨ ਵਾਸਤੇ ਗੁਰੂ ਸਾਹਿਬ ਬਿਰਾਗਮਈ ਗੁਰਬਾਣੀ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਛੇ ਪਦਿਆਂ ਤੱਕ ਪਿੱਛੇ ਆਪਾਂ ਸ਼੍ਰਾਵਣ ਕੀਤੇ ਸੀ ਸ਼ਲੋਕ ਜਿਵੇਂ ਮਹਾਰਾਜ ਅੱਗੇ ਸਿੱਖਿਆ ਬਖਸ਼ਿਸ਼ ਕਰ ਰਹੇ ਹਨ ਮਨਵਰਤੀ ਕਾਗਰ ਕਰ ਸ਼੍ਰਾਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਧਨ ਜਿਹ ਤੋ ਕਉ ਦਿਓ ਤਾਂ ਸਿਓ ਨੇਹ ਨਕੀਨਾ ਕਹ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨਾ ਮਹਾਰਾ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਸਭ ਤੋਂ ਪਹਿਲਾਂ ਇਹ ਤਨ ਦਿੱਤਾ ਜੇ ਤਾਨੀ ਨਾ ਤੈਨੂੰ ਪ੍ਰਾਪਤ ਹੁੰਦਾ ਤੇ ਕਿਵੇਂ ਤੂੰ ਸੁਖ ਆਨੰਦ ਭੋਗਦਾ ਫੇਰ ਧੰਨ ਵੀ ਦਿੱਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਥੇ ਜੇ ਕੋਈ ਸਾਨੂੰ ਧੰਨ ਦੇ ਦੇਵੇ ਜਾਂ ਕਿਸੇ ਨੂੰ ਕੋਈ ਧੰਨ ਦੇ ਦੇਵੇ ਤੇ ਉਹਦਾ ਉਪਕਾਰ ਉਹ ساری ਜ਼ਿੰਦਗੀ ਮੰਨਦਾ ਹੈ ਕਿ ਇਹਨੇ ਮੇਰੀ ਧੰਨ ਨਾਲ ਮਦਦ ਕੀਤੀ ਸਤਕਾਰ ਕਰਦੇ ਹਨ ਜਿਹੜਾ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਇਹਦੇ ਵਿੱਚੋਂ ਕੋਈ ਅੰਗ ਖਰਾਬ ਹੋ ਜਾਵੇ ਤੇ ਅੱਜਕੱਲ ਜਿਹੜੇ ਆਪਣੀ ਉਹ ਬਾਡੀ ਵੀ ਡੋਨੇਟ ਕਰਦੇ ਹਨ ਕਿ ਮਰਨ ਤੋਂ ਬਾਅਦ ਜਿਹਨੂੰ ਲੋੜ ਹੈ ਜ਼ਰੂਰਤ ਹੈ ਉਨੂੰ ਉਹ ਅੰਗ ਪੈਰ ਜਿਹੜੇ ਦੇ ਦਿੱਤੇ ਜਾਣ ਤੇ ਉਹ ਵੀ ਇੱਕ ਬਹੁਤ ਵੱਡਾ ਦਾਨ ਮੰਨਿਆ ਗਿਆ ਹੈ ਅੱਜ ਦੇ ਸਮੇਂ ਅੰਦਰ ਤੇ ਕਿਸੇ ਨੇ ਇਹ ਵੀ ਸਵਾਲ ਕੀਤਾ ਗੁਰਬਾਣੀ ਤੇ ਕਿ ਮਹਾਰਾਜ ਦੀ ਗੁਰਬਾਣੀ ਜਿਹੜੀ ਉਹ ਖੁਰ ਅਨੰਕਾਰ ਦਾ ਸਰੂਪ ਹੈ ਕਹਿਣ ਲੱਗੇ ਪਰ ਬਾਣੀ 'ਚ ਲਿਖਿਆ ਆਉਂਦਾ ਕਿ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ 10 ਕਾਜ ਸਵਾਰ ਹੈ ਕਿ ਜੇ ਪਸ਼ੂਆਂ ਦੇ ਉਹ ਚੰਮ ਵੀ ਕੰਮ ਆ ਜਾਂਦਾ ਹੈ ਹੱਡ ਵੀ ਕੰਮ ਆ ਜਾਂਦੇ ਹਨ ਬੱਕਰੀਆਂ-ਵੱਕਰੀਆਂ ਉਹਦਾ ਚੀਜ਼ਾਂ ਵਸਤੂਆਂ ਬਣਦੀਆਂ ਹਨ ਤੇ ਕਹਿਣ ਲੱਗਿਆ ਵੇ ਹੁਣ ਤਾਂ ਮਨੁੱਖ ਦਾ ਵੀ ਸਰੀਰ ਜਿਹੜਾ ਉਹ ਕੰਮ ਵਿੱਚ ਆਉਣ ਲੱਗ ਗਿਆ ਹੈ ਉਹ দান ਕਰਦੇ ਹਨ ਆਪਣੇ ਅੰਗ ਅੱਖਾਂ ਵੀ ਹੋਰ ਸਾਰੇ ਜਿਨ੍ਹਾਂ ਨੇ ਆਪਣੀ ਬਾਡੀ ਡੋਨੇਟ ਕੀਤੀ ਹੋਵੇ ਮਰਨ ਤੋਂ ਬਾਅਦ ਉਹਨਾਂ ਦੇ ਅੰਗ ਪੈਰ ਕੱਢ ਲਏ ਜਾਂਦੇ ਹਨ ਇੱਥੇ ਜਿਹੜਾ ਭਾਵ ਹੈ ਗੁਰਬਾਣੀ ਦਾ ਇੱਕ ਸਾਡੇ ਅੰਦਰ ਹੀ ਪਸ਼ੂ ਵਰਤੀ ਹੈ ਤੇ ਇੱਕ ਮਨੁੱਖਾਂ ਵਾਲੀ ਵਰਤੀ ਹੈ ਸਾਡੇ ਅੰਦਰ ਮਹਾਰਾ ਫਰਮਾਨ ਕਰਦੇ ਹਨ ਕਿ ਜੇ ਉਹ ਪਸ਼ੂ ਬਿਰਤੀ ਦਾ ਨਾਸ ਹੋ ਗਿਆ ਤੇ ਫੇਰ ਉਹ ਦੂਸਰਿਆਂ ਲਈ ਵੀ ਪਰਉਪਕਾਰ ਕਰਦਾ ਭਲਾ ਕਰਦਾ ਹੈ ਤੇ ਜੇ ਅੰਦਰੋਂ ਪਸ਼ੂਪੁਣਾ ਨਾ ਮੁਕਿਆ ਜਿਹੜਾ ਇਹ ਅਸੀਂ ਖਾਂਦੇ ਹਾਂ ਪਸ਼ੂ ਵੀ ਖਾਂਦੇ ਹਨ ਉਹ ਵੀ ਸੌਂਦੇ ਹਨ ਸਾਰੇ ਸਮਾਨ ਹੀ ਗੁਣ ਹਨ ਇੱਕ ਨਰ ਗਿਆਨ ਨਿਜ ਅਦਕਤਾ ਆਪਣੇ ਆਪੇ ਦਾ ਗਿਆਨ ਹੋਣਾ ਇਹ ਅਦਗਤਾ ਹੈ ਜਿਹੜੀ ਸਾਨੂੰ ਪਸ਼ੂਪੁਣੇ ਤੋਂ ਵੱਖਰਾ ਕਰਦੀ ਹੈ ਤੇ ਜੇ ਅੰਦਰੋਂ ਮਨੁੱਖਤਾ ਹੀ ਮਰ ਗਈ ਤੇ ਫੇਰ ਉਹ ਕਿਸੇ ਦਾ ਕੁਝ ਨਹੀਂ ਸਵਾਰ ਸਕੇਗਾ ਆਪਣੇ ਤੱਕ ਹੀ ਸੀਮਤ ਰਹੇਗਾ ਤੇ ਜੇ ਅੰਦਰੋਂ ਪਸ਼ੂਪੁਣਾ ਮਰ ਗਿਆ ਪਸ਼ੂ ਬਿਰਤੀ ਉਹ ਮਰ ਗਈ ਤੇ ਫੇਰ ਹੋਰ ਵੀ ਦਸਾਂ ਦੇ ਕਾਰਜ ਜਿਹੜੇ ਸਵਾਰੇਗਾ ਤੇ ਮਹਾਰਾਜ ਨੇ ਗੁਰਬਾਣੀ ਅੰਦਰ ਬਿਆਨਤ ਐਸੀਆਂ ਉਦਾਹਰਣਾਂ ਦਿੱਤੀਆਂ ਹਨ ਆਪਣਾ ਵਿਸ਼ਾਖੂਰ ਹੈ ਤੇ ਜਿਹੜਾ ਜਿਹੜਾ ਕੋਈ ਤਨ ਦਾ ਵੀ ਅੰਗ দান ਕਰ ਦੇਵੇ ਉਹ ਵੀ ਵੱਡਾ দান ਮੰਨਿਆ ਕੋਈ ਇੱਕ ਅੰਗ ਲੱਭਦੇ ਰਹਿੰਦੇ ਕਈ ਵੇਲੇ ਬਲੱਡ ਗਰੁੱਪ ਆਦਿਕ ਨਹੀਂ ਮਿਲਦੇ ਬੜੇ ਤਰਸਦੇ ਹਨ ਜਿਨ੍ਹਾਂ ਨੂੰ ਇੱਕ ਇੱਕ ਅੰਗ ਦੀ ਜ਼ਰੂਰਤ ਹੈ ਕਿ ਸਾਨੂੰ ਮਿਲ ਜਾਵੇ ਤਨ ਦੇ ਕੇ ਜੇ ਕਿਸੇ ਨੇ ਉਪਕਾਰ ਕਰ ਦਿੱਤਾ ਤੇ ਉਹਦਾ ਦੇਣਾ ਨਹੀਂ ਦੇ ਸਕਦੇ ਉਹਦੇ ਅਹਿਸਾਨਮੰਦ ਰਹਿੰਦੇ ਹਨ ਤੇ ਮਹਾਰਾਜ ਫਰਮਾਨ ਕਰਦੇ ਜਿਨੇ ਭਾਈ ਤੈਨੂੰ ਸਾਰੀ ਬਾਡੀ ਦੇ ਦਿੱਤੀ ਇਹ ਸਰੀਰ ਦੇ ਦਿੱਤਾ ਫਿਰ ਤੇਰੀ ਪਰਾਲਾਭ ਦੇ ਅਨੁਸਾਰ ਜਿਨੇ ਤੈਨੂੰ ਤਨ ਵੀ ਦਿੱਤਾ ਤਨ ਤਨ ਜਿਹ ਤੋ ਤੋ ਕਉਦੀਓ ਜਿਨੇ ਤੈਨੂੰ ਦਿੱਤੀਆਂ ਇਹ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਕਾਸਿਓ ਨੇਹੋ ਨਾਕੀਨ ਉਹਦੇ ਨਾਲ ਤੈਨੂੰ ਪਿਆਰ ਨਹੀਂ ਆ ਰਿਹਾ ਉਹਦਾ ਜਿਨੇ ਈਡੀਆਂ ਵੱਡੀਆਂ ਦਾਤਾਂ ਦਿੱਤੀਆਂ ਤੈਨੂੰ ਆ ਸੁਖ ਆਰਾਮ ਅਸ਼ੋਇਸ਼ਰਤ ਸਵਸਥ ਸਰੀਰ ਉਹਦੇ ਨਾਲ ਤੂੰ ਨੇਹ ਨਹੀਂ ਕੀਤਾ ਪਿਆਰ ਨਹੀਂ ਕੀਤਾ ਕਹੋ ਨਾਨਕ ਨਰਬਾਬ ਰੇ ਧੰ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਮੋਹਰ ਲਾਉਂਦੇ ਹੋਏ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਉਹ ਬਾਬਰਿਆ ਉਹ ਚੱਲਿਆ ਅਬ ਕਿਉਂ ਡੋਲਤ ਦੀਨ ਆਪਣਾ ਦੀਨ ਮਾਨ ਕਿਉਂ ਛੱਡ ਰਿਹਾ ਹੈ ਕਿਉਂ ਡੋਲ ਰਿਹਾ ਹੈ ਉਹਦੇ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਹੋਇਆ ਹੈ ਉਹਦਾ ਸ਼ੁਕਰਾਨਾ ਤੇਰੇ ਮਨ ਵਿੱਚ ਕਿਉਂ ਨਹੀਂ ਆਉਂਦਾ ਜਿਨੇ ਇਡੀਆਂ ਵੱਡੀਆਂ ਤੈਨੂੰ ਦਾਤਾਂ ਦਿੱਤੀਆਂ ਹਨ ਆਪਾਣ ਸਾਡੇ ਲਈ ਸਿਰਜੀ ਵਾਹਿਗੁਰੂ ਨੇ ਜਿਹਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ ਪਾਣੀ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਏ ਇਹਦੇ ਤੋਂ ਬਿਨਾ ਜੀਵਨ ਨਹੀਂ ਹੋ ਸਕਦਾ ਸਾਰੀਆਂ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਹਨ ਤੇ ਮਹਾਰਾਜ ਫਰਮਾਨ ਕਰਦੇ ਕਿਉਂ ਨਹੀਂ ਉਹਦੀ ਭਾਈ ਜਾਦ ਤੇਰੇ ਹਿਰਦੇ ਦੇ ਵਿੱਚ ਆਉਂਦੀ ਤਨ ਧਨ ਸੰਪੈ ਸੁਖ ਦਿਓ ਅਰ ਜਹ ਨੀਕੇ ਧਾਮ ਵਾਹਿਗੁਰੂ ਨੇ ਤੈਨੂੰ ਤਨ ਦਿੱਤਾ ਤਨ ਦੀ ਨਿਰਭਾਅ ਵਾਸਤੇ ਉਪਜੀਵਕਾ ਵਾਸਤੇ ਤੈਨੂੰ ਧਨ ਦਿੱਤਾ ਸੰਪੈ ਸਾਰੀ ਸੰਪਤੀ ਜਿਹੜੀ ਤੇਰੀ ਉਹ ਕੋਠੀਆਂ ਕਾਰਾਂ ਗੱਡੀਆਂ ਆਦਕ ਉਹ ਤੈਨੂੰ ਦਿੱਤੀਆਂ ਇਹ ਸਾਰੇ ਸੁੱਖ ਦਿੱਤੇ ਤੈਨੂੰ ਅਰ ਜਹ ਨੀਕੇ ਧਾਮ ਤੇ ਰਹਿਣ ਵਾਸਤੇ ਚੰਗੇ ਘਰ ਵੀ ਦਿੱਤੇ ਕਹੋ ਨਾਨਕ ਸੁਨ ਰੇ ਮਨਾ ਮਾਰਾ ਸਾਡੇ ਮਨ ਨੂੰ ਸਮਝਾ ਰਹੇ ਹਨ ਨਵੇਂ ਪਾਤਸ਼ਾਹ ਧੰਗ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਮੋਹਰ ਲਾਉਂਦੇ ਹੋਏ ਫਰਮਾਨ ਕਰਦੇ ਹਨ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ RAM ਮੈਨੂੰ ਦੱਸ ਕਿਉਂ ਨਹੀਂ ਸਿਮਰਦਾ ਉਸ RAM ਨੂੰ ਜਿਨੇ ਸਾਰੀਆਂ ਚੀਜ਼ਾਂ ਤੈਨੂੰ ਦਿੱਤੀਆਂ ਹਨ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਖੇ ਜੇ ਪ੍ਰਸਾਦ ਸੁਗੰਧਤ ਤਨ ਲਾਵਖੇ ਸਾਰੇ ਮਹਾਰਾ ਨੇ ਇਸ ਪਦੇ ਦੇ ਅੰਦਰ ਉਸ ਸੋਖਨਾਂ ਦੇ ਜਿਹੜੇ ਤੂੰ ਭੋਗਦਾ ਉਹਨਾਂ ਦੀ ਯਾਦ ਕਰਾਈ ਕਿ ਜੇ ਤੂੰ ਇਨ੍ਹਾਂ ਚੀ ਗਲਤਾਨ ਹੋ ਗਿਆ ਤੇ ਮਾਇਆ ਹੈ ਜੇ ਇਨ੍ਹਾਂ ਨਾਲ ਜੁੜ ਕੇ ਤੈਨੂੰ ਵਾਹਿਗੁਰੂ ਦਾ ਸ਼ੁਕਰਾਨਾ ਤੇਰੇ ਮਨ ਵਿੱਚ ਆਉਂਦਾ ਤੇ ਫੇਰ ਗੁਰਮੁਖ ਮਾਇਆ ਵਿੱਚ ਉਦਾਸੀ ਵਾਲੀ ਖੇਡ ਦੇ ਉੱਪਰ ਤੂੰ ਚੱਲ ਰਿਹਾ ਹੈ ਕਾਹੇ ਨਾ ਸਿਮਰਤ ਰਾਮ ਤੇ ਮਹਾਰਾਜ ਤੇਰੇ ਜੀਵਨ ਦਾ ਮਨੋਰਥ ਦੱਸ ਲਿਆ ਹਨ ਨੌਵੇਂ ਪਾਤਸ਼ਾਹ ਦਾ ਜੈ ਜੈ ਵੰਤੀ ਰਾਗ ਦੇ ਅੰਦਰ ਹੀ ਸ਼ਲੋਕ ਹੈ ਕਿ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਇਹ ਤੇਰੀ ਜ਼ਿੰਦਗੀ ਦਾ ਅਸਲੀ ਕਾਰਜ ਹੈ ਬਾਕੀ ਜਿਹੜੇ ਕਾਰਜ ਕਰਦਾ ਉਹ ਤੇਰੇ ਜੀਵਨ ਦੇ ਨਿਰਭਾਅ ਵਾਸਤੇ ਅਤ ਜ਼ਰੂਰੀ ਤਾਂ ਹਨ ਪਰ ਉਹ ਤੇਰੀ ਜ਼ਿੰਦਗੀ ਦਾ ਲਕਸ਼ ਨਹੀਂ ਮੰਜ਼ਲ ਨਹੀਂ ਹੈ ਤੇਰੀ ਉਹ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿਉਂਕਿ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਇਹ ਮਨੁੱਖਾ ਸਰੀਰ ਦਾ ਕਾਰਜ ਇਹ ਹੈ ਮੁੱਖ ਕਾਰਜ ਜਿਹਦੇ ਕਰਕੇ ਮਿਲਿਆ ਉਸ ਤੋਂ ਮਹਾਰਾ ਸਾਨੂੰ ਸੁਚੇਤ ਕਰਾ ਰਹੇ ਹਨ ਤੇ ਅੱਗੇ ਫਰਮਾਨ ਕਰਦੇ ਹਨ ਉਹ ਵਿਸਰਦਾ ਕਿਵੇਂ ਹੈ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜਾ ਭਾਉ ਦੂਜਾ ਲਾਇਆ ਆਪਾਂ ਪਹਿਲਾਂ ਵੀ ਸੁਣ ਚੁੱਕੇ ਹਾਂ ਜਿਹੜੀ ਵੀ ਚੀਜ਼ ਨਾਲ ਲੱਗ ਕਰਕੇ ਵਾਹਿਗੁਰੂ ਦੀ ਯਾਦ ਵਿਸਰਦੀ ਹੈ ਉਹਦਾ ਨਾਮ ਮਾਇਆ ਹੈ ਚਾਹੇ ਇੱਕ ਝੁੱਗੀ ਦੇ ਨਾਲ ਹੀ ਮਨ ਜਿੱਦੀ ਜਿਹੀ ਲਿਵ ਜੁੜ ਗਈ ਤਾਰ ਜੁੜ ਗਈ ਤੇ ਵਾਹਿਗੁਰੂ ਦੀ ਯਾਦ ਵਿਸਰ ਗਈ ਤੂੰ ਇੱਕ ਝੁੱਗੀ ਉਹ ਵੀ ਮਾਇਆ ਰੂਪ ਹੈ ਤੇ ਜੇ ਵੱਡੀਆਂ ਕੋਠੀਆਂ ਕਾਰਾਂ 'ਚ ਰਹਿੰਦੇ ਹੋਏ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋ ਉਹ ਵੀ ਮਾਇਆ ਨਹੀਂ ਤੇ ਮਹਾਰਾਜ ਫਰਮਾਨ ਕਰਦੇ ਹਨ ਮਾਇਆ ਕੋ ਸੰਗ ਤਿਆਗ ਭਾਈ ਮਾਇਆ ਦਾ ਸੰਗ ਛੱਡ ਦੇ ਤਿਆਗ ਦੇ ਪ੍ਰਭੂ ਜੂ ਕੀ ਸਰਨ ਲਾਗ ਛੁੱਟੇਗਾ ਕਿਵੇਂ ਵਾਹਿਗੁਰੂ ਦੀ ਸ਼ਰਨ 'ਚ ਜਾ ਕੇ ਉਹਦੀ ਸ਼ਰਨ 'ਚ ਲੱਗ ਜਾ ਆਪੇ ਹੀ ਉਹ ਪਕੜ ਦੂਰ ਹੋਵੇਗੀ ਜਗਤ ਸੁਖ ਮਾਨ ਮਿੱਥਿਆ ਇਹ ਸੰਸਾਰ ਦੇ ਸੁੱਖ ਤਾਂ ਭਾਈ ਇਹਨੂੰ ਝੂਠੇ ਕਰਕੇ ਮੰਨ ਫੇਰ ਇਸ ਪਕੜ ਤੋਂ ਬਾਹਰ ਆਵੇਂਗਾ ਤੂੰ ਜਗਤ ਸੁਖ ਮਾਨ ਮਿੱਥਿਆ ਮੰਨ ਲੈ ਕਿ ਮਿੱਥਿਆ ਹੈ ਝੂਠੋ ਸਭ ਸਾਜ ਹੈ ਸਾਰਾ ਜਿਹੜਾ ਪਸਾਰਾ ਦੇਖ ਰਿਹਾ ਹੈ ਝੂਠਾ ਹੀ ਸਾਜ ਇਸ ਸਾਜਨਾ ਜਿਹੜੀ ਸਾਜੀ ਹੋਈ ਹੈ ਸਿੱਖ ਨੇ ਸਵਾਲ ਕੀਤਾ ਗੁਰੂ ਤੋਂ ਕਿ ਜੇ ਝੂਠਾ ਸਾਜਿਆ ਫਿਰ ਸੱਚਾ ਕਿਉਂ ਪ੍ਰਤੀਤ ਹੁੰਦਾ ਹੈ ਤੇ ਉਹ ਗੁਰੂ ਨੇ ਜਵਾਬ ਦਿੱਤਾ ਕਹਿਣ ਲੱਗੇ ਸਾਚੇ ਕੋ ਬਨਾਇਓ ਤਾਂ ਤੇ ਸਾਚੇ ਸੋ ਸੁਹਾਇਓ ਹੈ ਕਿਉਂਕਿ ਸਾਜਿਆ ਸੱਚੇ ਨਹੀਂ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿੱਚ ਵਾਸ ਉਹ ਤਾਂ ਕਰਕੇ ਪ੍ਰਤੀਤ ਹੁੰਦਾ ਹੈ ਕਿਵੇਂ ਸ਼ੀਸ਼ੇ ਦੇ ਵਿੱਚ ਆਪਾਂ ਆਪਣਾ ਅਕਸ ਦੇਖਦੇ ਹਾਂ ਦੇਖਣ ਨੂੰ ਤਾਂ ਪ੍ਰਤੀਤ ਹੁੰਦਾ ਕਿ ਦੂਸਰਾ ਸਰੂਪ ਹੈ ਸਾਡਾ ਹੀ ਇਸੇ ਤਰ੍ਹਾਂ ਵਾਹਿਗੁਰੂ ਨੇ ਏਕਾਂ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਇਦੀ ਬਾਣ ਦੂਜੀ ਰਚੀ विचित्रਤਾ ਏ ਮਾਇਆ ਜਿਹੜੀ ਰਚਨਾ ਕੀਤੀ ਉਹਦੇ ਚ ਆਪਣਾ ਅਕਸ ਪਾਇਆ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਅਕਸ ਦਿਸਦਾ ਹੈ ਜਿਸ ਤਰ੍ਹਾਂ ਸਾਡਾ ਪਰਛਾਵਾਂ ਹੈ ਮਹਾਰਾਜ ਫਰਮਾਨ ਕਰਦੇ ਝੂਠੋ ਸਭ ਸਾਜ ਹੈ ਸੁਭਨੇ ਜੋ ਧਨ-ਪ੍ਰਸ਼ਾਨ ਇਹ ਜਿਹੜੇ ਤੂੰ ਧਨ ਦੇ ਸੁਖ-आनंद ਦੇ ਵਿੱਚ ਵਾਹਿਗੁਰੂ ਦੀ ਯਾਦ ਨੂੰ ਭੁੱਲੀ ਬੈਠਾ ਹੈ ਇਸ ਤਰ੍ਹਾਂ ਜਾਣਨਾ ਕਰ ਭਾਈ ਵੀ ਜਿਵੇਂ ਇੱਕ ਸੁਭਨਾ ਚੱਲ ਰਿਹਾ ਹੈ ਸੁਭਨੇ ਜੋ ਧਨ-ਪ੍ਰਸ਼ਾਨ ਕਾਹੇ ਪਰ ਕਰਤਮਾਨ ਕਾਦਾ ਮਾਣ ਕਰ ਰਿਆ ਹੈ ਇੱਕ ਸੁਭਨੇ ਦੀ ਤਰ੍ਹਾਂ ਇਹ ਸਾਰੀ ਖੇਡ ਜਿਹੜੀ ਚੱਲ ਰਹੀ ਹੈ ਮਹਾਰਾਜ ਫਰਮਾਨ ਕਰਦੇ ਇੱਕ ਉਦਾਹਰਣ ਦੇ ਕੇ ਸਮਝਾਉਂਦੇ ਨਰਪਤ ਏਕ ਸਿੰਘਾਸਨ ਸੋਇਆ ਸੁਭਨੇ ਭਇਆ ਭਿਖਾਰੀ ਰਾਜਾ ਸੀ ਸੰਘਾਸਣ ਦੇ ਬੈਠੇ ਬੈਠੇ ਨੂੰ ਨੀਂਦ ਆ ਗਈ ਸੁਪਨਾ ਚੱਲਿਆ ਸੁਭਨੇ ਦੇ ਵਿੱਚ ਇੱਕ ਭਿਖਾਰੀ ਬਣਿਆ ਹੋਇਆ ਟੂਠਾ ਫੜ ਕੇ ਦਰ ਦਰ ਤੇ ਮੰਗ ਰਿਹਾ ਕੋਈ ਭੀਖ ਨਹੀਂ ਦੇ ਰਿਹਾ ਉਸ ਨੂੰ ਅਛਤ ਰਾਜ ਬਿਸ਼ਰਤ ਦੁੱਖ ਪਾਇਆ ਉਹ ਜਿਹੜਾ ਰਾਜ ਭਾਗ ਸੀ ਉਨੇ ਦੇਖਿਆ ਸੁਬਨੇ ਚ ਉਹਨੂੰ ਪ੍ਰਤੀਤ ਹੋ ਰਿਹਾ ਸੁਪਨਵਸਥਾ ਦੇ ਵਿੱਚ ਕਿ ਸਾਰਾ ਕੁਝ ਰਾਜ ਭਾਗ ਖੁੱਸ ਗਿਆ ਹੈ ਕੁਝ ਨਹੀਂ ਹੈ ਕੋਲ ਉਸ ਰਾਜ ਭਾਗ ਵਿਸਰਜਣ ਕਰਕੇ ਬੜਾ ਉਹਨੂੰ ਦੁੱਖ ਪ੍ਰਤੀਤ ਹੋ ਰਿਹਾ ਹੈ ਸੁਪਨੇ ਅੰਦਰ ਮਹਾਰਾਜ ਫਰਮਾਨ ਕਰਦੇ ਸੋਗਤ ਭਈ ਖਮਾਰੀ ਜਦੋਂ ਉਹਨੂੰ ਜਾਗ ਆਈ ਉਹਨੇ ਦੇਖਿਆ ਨਹੀਂ ਭਈ ਮੈਂ ਤਾਂ ਰਾਜਾ ਹੀ ਹਾਂ ਉਹਦਾ ਇੱਕ ਸੁਪਨਾ ਚੱਲ ਰਿਹਾ ਸੀ ਮਾਧਵੇ ਕਿਹਾ ਕਹੀਏ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਇਹਦਾ ਨਾਮ ਹੈ ਭ੍ਰਮ ਜਿਹੜੀ ਚੀਜ਼ ਨੂੰ ਜਿਸ ਤਰ੍ਹਾਂ ਦੀ ਮੰਨ ਲਈਏ ਉਹ ਹੋਵੇ ਨਾ ਉਸ ਤਰ੍ਹਾਂ ਦੀ ਰਜੂ ਮੈਂ ਸਰਪ ਆਦ ਅੰਤ ਮੈਂ ਨਾ ਪਾਇਓ ਹੈ ਦੂਰ ਪਈ ਰੱਸੀ ਪ੍ਰਤੀਤ ਹੋਣ ਲੱਗ ਗਈ ਕਿ ਇੱਕ ਸੱਪ ਹੈ ਭਰਮ ਪੈ ਗਿਆ ਸੱਪ ਵਾਲਾ ਉਸੇ ਤਰ੍ਹਾਂ ਦਾ ਭੈ ਮੰਨ ਗਿਆ ਬਣ ਗਿਆ ਮਨ ਅੰਦਰ ਪਰ ਸੀਓ ਇੱਕ ਰੱਸੀ ਜਦੋਂ ਰਾਗ ਲਾਗੇ ਜਾ ਕਰਕੇ ਦੇਖਿਆ ਤੇ ਉਹ ਭਰਮ ਦੂਰ ਹੋ ਗਿਆ ਉਹ ਭੈ ਦੂਰ ਹੋ ਗਿਆ ਕਿ ਤਾਂ ਰੱਸੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਣ ਕਰਦੇ ਸੁਭਨੇ ਜਿਉ ਧਨ-ਪਛਾਨ ਕਾਹੇ ਪਰ ਕਰਤਮਾਨ ਤੇ ਉਹ ਜਦੋਂ ਜਾਗ ਆਈ ਉਹਨੇ ਦੇਖਿਆ ਕਿ ਮੈਂ ਤਾਂ ਭਾਈ ਰਾਜਾ ਹੀ ਹਾਂ ਇਸੇ ਤਰ੍ਹਾਂ ਭਰਮ ਪੈ ਗਿਆ ਜੀਵ ਤੇ ਈਸ ਦਾ ਕਿ ਮੈਂ ਜੀਵ ਖਾ ਉਹ ਈਸ ਹੈ ਕਹੋ ਕਬੀਰ ਆਂ ਬ੍ਰਹਮ ਕੀ ਅੰਸ਼ ਪਰ ਇੱਥੇ ਇਹ ਨਹੀਂ ਮੈਂ ਮੈਂ ਨਹੀਂ ਕਰਨੀ ਹੈ ਕਿ ਮੈਂ ਹੀ ਈਸ ਹਾਂ ਅਹੰ ਬ੍ਰਹਮ ਅਸਮੀ ਇਹ ਜਿਹੜਾ ਵੈਦਾਂਤ ਉਹ ਕਹਿੰਦਾ ਕਿ ਮੈਂ ਹੀ ਰੱਬ ਹਾਂ ਪਰ ਮਹਾਰਾਜ ਗੁਰਬਾਣੀ ਅੰਦਰ ਕਿਸ ਤਰ੍ਹਾਂ ਗੁਰਮਤ ਨੇ ਕਿਸ ਤਰ੍ਹਾਂ ਸਾਨੂੰ ਇਹ ਸਿੱਖਿਆ ਦ੍ਰਿੜ ਕਰਾਈ ਹੈ ਤਾਂ ਸਾਰੇ ਬ੍ਰਹਮ ਦੀ ਅੰਸ਼ ਹੀ ਪਰ ਮਹਾਰਾਜ ਕਹਿਣ ਲੱਗੇ ਇਹ ਨਹੀਂ ਕਹਿਣਾ ਕਿ ਮੈਂ ਹੀ ਬ੍ਰਹਮ ਹਾਂ ਇਹ ਕਹਿਣਾ ਵੀਰ ਤੂੰ ਤੂੰ ਕਰਤਾ ਤੂੰ ਹੂਆ ਮੁਜਮੇ ਰਹਾ ਨਾ ਹੂੰ ਜਦ ਆਪਾ ਵਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਤੇ ਇਸ ਤਰ੍ਹਾਂ ਇਹ ਹੋਮੇ ਭਾਵ ਨਹੀਂ ਲੈ ਕਰਕੇ ਆਉਣਾ ਕਿ ਮੈਂ ਹੀ ਬ੍ਰਹਮ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਬ੍ਰਹਮ ਗਿਆਨ ਦ੍ਰਿੜ ਕਰਾਇਆ ਕਹਿਣ ਲੱਗੇ ਵੇ ਹੁਣ ਜਿਹੜੀ ਤੁਹਾਡੀ ਅਵਸਥਾ ਹੈ ਬ੍ਰਹਮ ਗਿਆਨ ਸਿੱਧਾ ਨਹੀਂ ਕਿਸੇ ਨੂੰ ਦ੍ਰਿੜ ਕਰਾਉਣਾ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਹੈ ਉਹਦੇ ਵਿੱਚੋਂ ਜਦੋਂ ਪ੍ਰੇਮ ਪੈਦਾ ਹੋਵੇਗਾ ਪ੍ਰੇਮਾ ਭਗਤੀ ਇਹ ਕਰਨਗੇ ਪ੍ਰੇਮਾ ਭਗਤੀ ਦ੍ਰਿੜ ਤੁਸੀਂ ਕਰਾਉਣੀ ਹੈ ਤੇ ਆਪਣੇ ਆਪ ਫਿਰ ਅਵਸਥਾ ਦੇ ਆਨੰਦ ਨੂੰ ਮੰਨਣਗੇ ਮਹਾਰਾਜ ਕਹਿਣ ਲੱਗੇ ਬ੍ਰਹਮ ਗਿਆਨ ਦੇਸੀ ਘੇ ਦੀ ਤਰ੍ਹਾਂ ਹੈ ਜੇ ਇਹ ਖੁਸ਼ਕ ਤਸੀਰ ਵਾਲਾ ਖਾ ਲਵੇ ਤੇ ਉਹਨੂੰ ਮਰੋੜ ਲੱਗ ਜਾਣਗੇ ਜੇ ਬਲਗਮ ਵਾਲਾ ਖਾ ਲਵੇ ਤੇ ਉਹਨੂੰ ਰੇਸ਼ਾ ਹੋ ਜਾਵੇਗੀ ਉਲਟੀਆਂ ਆਉਣਗੀਆਂ ਇਸੇ ਤਰ੍ਹਾਂ ਹੀ ਜੇ ਨਿਰੋਲ ਗਿਆਨ ਇਹ ਬ੍ਰਹਮ ਗਿਆਨ ਕਰਾ ਦਿੱਤਾ ਸਿੱਧਾ ਕਿਸੇ ਨੂੰ ਜਿਹੜਾ ਹੰਕਾਰੀ ਪੁਰਸ਼ ਨੂੰ ਹੋਮੇ ਦੀਆਂ ਉਲਟੀਆਂ ਆਉਣ ਲੱਗ ਜਾਣਗੀਆਂ ਕਿ ਮੈਂ ਹੀ ਰੱਬ ਹਾਂ ਤੇ ਜਿਹੜਾ ਵਿਸ਼ਈ ਪੁਰਸ਼ ਹੈ ਉਹਨੂੰ ਵਿਸ਼ੇ ਵਿਸ਼ੇ ਭੋਗਣ ਦੇ ਮਰੋੜ ਲੱਗ ਜਾਣਗੇ ਕਿ ਮੈਂ ਨਹੀਂ ਕੁਛ ਭੋਗ ਰਿਆ ਰੱਬ ਭੋਗ ਰਿਹਾ ਇਸ ਵਾਸਤੇ ਮਹਾਰਾਜ ਕਹਿਣ ਲੱਗੇ ਪ੍ਰੇਮਾ ਭਗਤੀ ਦਿੜ੍ੜ ਕਰਾਉਣੀ ਹੈ ਸੇਵਾ ਸਿਮਰਨ ਦੇ ਵਿੱਚ ਜੋੜਨਾ ਪਈ ਐਸੀ ਪ੍ਰੇਮ ਦੇ ਵਿੱਚੋਂ ਖੇਡ ਬਣੇਗੀ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸੁਤੇ ਸਦੀ ਇਸ ਅਵਸਥਾ ਨੂੰ ਮੰਨਣਗੇ ਗੁਰੂ ਸਾਹਿਬ ਪ੍ਰਮਾਣ ਕਰਦੇ ਹਨ ਇਹ ਜਿਹੜੇ ਧਨ ਦੇ ਸੁਖ ਤੂੰ ਪਛਾਣਦਾ ਇਹਨੂੰ ਸੁਬਨੇ ਦੀ ਤਰ੍ਹਾਂ ਭਾਈ ਜਾਨਣਾ ਕਰ ਕਾਹੇ ਪਰ ਕਰਤਮਾਨ ਕਾਦਾ ਮਾਨ ਕਰਦਾ ਹੈ ਨਾਂਗੇ ਪਾਓ ਤੇ ਗਏ ਜਿਨ ਕੇ ਲੱਖ ਕਰੋਰ ਇਤੇ ਭਏ ਤੋ ਕਹਾ ਪਾ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੇ ਇੰਨਾ ਕੁਛ ਹੋ ਜਾਵੇ ਤੇਰੇ ਕੋਲੋਂ ਤੇਰੇ ਕੋਲ ਰਾਜਿਆ ਤਾਂ ਕੀ ਹੋ ਗਿਆ ਆਖਰੀ ਸਮੇਂ ਤਾਂ ਨੰਗੇ ਪੈਰਾਂ ਦੇ ਨਾਲ ਹੀ ਤੈਨੂੰ ਜਾਣਾ ਪਵੇਗਾ ਇਥੋਂ ਸਾਰਾ ਕੁਝ ਛੱਡ ਕਰਕੇ ਤੇ ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਕਾਹੇ ਪਰ ਕਰਤਮਾਨ 바ਰੂ ਕੀ ਭੀਤ ਜੈਸੇ ਬਸੁਦਾ ਕੋ ਰਾਜ ਹੈ ਬਾਰੂ ਕਹਿੰਦੇ ਹਨ ਰੇਤਾ ਨੂੰ ਰੇਤਾ ਦੀ ਗੰਧ ਨਹੀਂ ਉਸਰਦੀ ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇਵੇ ਤਾਂ ਭਾਈ ਤੂੰ ਰੇਤਾ ਦੀਆਂ ਕੰਧਾਂ ਮੰਨਉ ਸਾਰ ਰਿਹਾ ਹੈ ਤੇ ਬਸੁਦਾ ਕੋ ਰਾਜ ਹੈ ਰੇਤ ਦੀ ਕੰਧ ਵਰਗਾ ਹੀ ਮੰਨ ਲਓ ਧਰਤੀ ਦਾ ਰਾਜ ਜਿਹੜਾ ਤੂੰ ਭੋਗ ਰਿਹਾ ਇਸ ਤਰ੍ਹਾਂ ਇਹ ਧਰਤੀ ਦਾ ਰਾਜ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮਹਾਰਾ ਫਰਮਾਨ ਕਰਦੇ ਨਾਨਕ ਜਨ ਕਹਿਤ ਬਾਤ ਭਾਈ ਮੈਂ ਤੈਨੂੰ ਇਹ ਗੱਲ ਦੱਸ ਰਿਹਾ ਹਾਂ ਸੁਣਨਾ ਕਰ ਵਿੰਸ ਜੈ ਹੈ ਤੇਰੋ ਗਾਤ ਤੇ ਭਾਈ ਇਹ ਤੇਰਾ ਸਰੀਰ ਨਾਸ ਹੋ ਜਾਵੇਗਾ ਇਹ ਤੈਨੂੰ ਮੈਂ ਦੱਸ ਰਿਹਾ ਹਾਂ ਛਿਨ ਛਿਨ ਕਰ ਗयो ਕਾਲ ਤੈਸੇ ਜਾਤ ਆਜ ਹੈ ਜਿਸ ਤਰ੍ਹਾਂ ਇੱਕ ਸੈਕਿੰਡ ਸੈਕਿੰਡ ਕਰਕੇ ਕੱਲ ਦਾ ਸਮਾਂ ਬਤੀਤ ਹੋ ਗਿਆ ਬੀਤ ਚੁੱਕਾ ਕੱਲ ਜਿਹੜਾ ਰਹਿ ਗਿਆ ਹੈ ਉਹ ਇਸੇ ਹੀ ਤਰ੍ਹਾਂ ਹੀ ਅੱਜ ਦਾ ਸਮਾਂ ਵੀ ਇਹ ਬਤੀਤ ਹੋ ਜਾਵੇਗਾ ਤੇ ਅੱਗੇ ਮਹਾਰਾ ਫਰਮਾਨ ਕਰਦੇ ਹਨ RAM ਭਜ RAM ਭਜ ਜਨਮ ਸਿਰਾਤ ਹੈ ਉਹਨੂੰ ਭਜਣਾ ਕਰ ਵਾਹਿਗੁਰੂ ਨੂੰ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ RAM ਕਿਉਂਕਿ ਜਨਮ ਸਰਾਤ ਹੈ ਤੇਰਾ ਜੀਵਨ ਜਿਹੜਾ ਲੰਘਦਾ ਜਾ ਰਿਹਾ ਹੈ ਬੀਤਦਾ ਜਾ ਰਿਹਾ ਹੈ ਸੁਚੇਤ ਕਰ ਰਹੇ ਹਨ ਸਮਝਾ ਰਹੇ ਹਨ ਝੰਡੋੜ ਰਹੇ ਹਨ ਸਾਨੂੰ ਕਹੋ ਕਹਾ ਬਾਰ-ਬਾਰ ਕਿਉਂ ਬਾਰ-ਬਾਰ ਕਹਿਣਾ ਪੈ ਰਿਹਾ ਹੈ ਤੈਨੂੰ ਸਮਝਤ ਨਾ ਹੈ ਕਿਉਂ ਗਵਾਰੋ ਗਵਾਰਾ ਮੂਰਖਾ ਸਮਝਦਾ ਕਿਉਂ ਨਹੀਂ ਤੂੰ ਬਿੰਸਤ ਨਾ ਲੱਗਿਆ ਬਾਰ ਇੱਕ ਸੈਕਿੰਡ ਵੀ ਨਹੀਂ ਲੱਗਣਾ ਇਹਨੂੰ ਬਿੰਸਣ ਲੱਗੇ ਇਹਨੂੰ ਔਰੇ ਸਮਗਾਤ ਹੈ ਜਿਸ ਤਰ੍ਹਾਂ ਓਲੇ ਪੈਂਦੇ ਗੜੇ ਪੈਂਦੇ ਹਨ ਤੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਖੁਰ ਜਾਂਦਾ ਹੈ ਇੰਨੇ ਗੜੇ ਪੈਂਦੇ ਹਨ ਤੇ ਉਹ ਪਤਾ ਹੀ ਨਹੀਂ ਲੱਗਦਾ ਕਿੱਧਰ ਗਏ ਥੋੜੇ ਚਿਰ ਦੇ ਵਿੱਚ ਹੀ ਉਹ ਖੁਰ ਖਰ ਜਾਂਦੇ ਹਨ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਤੇਰਾ ਜੀਵਨ ਨਿਕਲ ਜਾਵੇਗਾ ਸਗਲ ਭਰਮ ਡਾਰ ਦੇਹ ਜਿਹੜੇ ਭਰਮਾਂ ਦੇ ਵਿੱਚ ਪਿਆ ਹੋਇਆ ਹੈ ਤੇ ਆ ਵੀ ਮੇਰੇ ਲਈ ਸੁਖ ਰੂਪ ਹੈ ਇਹ ਵੀ ਬਹੁਤ ਜ਼ਰੂਰੀ ਹੈ ਇਹਨੂੰ ਆਪਾਂ ਸੁਣਿਆਂਗੇ ਮਾਧਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਉਹਦਾ ਨਾਮ ਧਰਮ ਹੈ ਮਹਾਰਾਜ ਕਹਿਣ ਲੱਗੇ ਸਾਰੇ ਧਰਮ ਛੱਡ ਦੇ ਭਾਈ ਗੋਬਿੰਦ ਕੋ ਨਾਮ ਲੇਹੇ ਉਹ ਗੋਬਿੰਦ ਜਿਹੜਾ ਸਾਰਿਆਂ ਦਾ ਰੱਖਿਆ ਕਰਦਾ ਹੈ ਉਹਦਾ ਨਾਮ ਲੈਣਾ ਕਰ ਅੰਤbaar ਸੰਗ ਤੇਰਾ ਇਹ ਹੈ ਏਕ ਜਾਤ ਹੈ ਆਖਰੀ ਸਮੇਂ ਤੇਰੇ ਨਾਲ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਜਿਹੜਾ ਉਹ ਜਾਣ ਵਾਲਾ ਹੈ ਵਿਖਿਆ ਵਿਖਿ ਜੋ ਵਿਸਾਰ ਜਿਹੜੇ ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕਰਕੇ ਵਿਸ਼ੇ ਸ਼ਬਦ ਸਪਰਸ਼ ਰੂਪ ਰਾਸ ਗੰਧੇ ਵਿਸ਼ੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਹਨ ਕੰਨਾਂ ਦਾ ਵਿਸ਼ਾ ਹੈ ਸ਼ਬਦ ਤੇ ਚਮੜੀ ਦਾ ਵਿਸ਼ਾ ਹੈ ਸਪਰਸ਼ ਅੱਖਾਂ ਦਾ ਰੂਪ ਜ਼ੁਬਾਨ ਦਾ ਰਾਸ ਨਾਸਕਾ ਦਾ ਸੁਗੰਧੀ ਤੇ ਇਸੇ ਤਰ੍ਹਾਂ ਮਹਾਰਾ ਫਰਮਾਨ ਕਰਦੇ ਹਨ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਇੱਕ ਇੱਕ ਵਿਸ਼ੇ ਦੀ ਸੰਗਤ ਕਰਕੇ ਮ੍ਰਿਗ ਨਾਮ ਹੈ ਹਿਰਨ ਦਾ ਉਹਨੂੰ ਕੰਨਾਂ ਦਾ ਵਿਸ਼ਾ ਜਿਹੜਾ ਸ਼ਬਦ ਦਾ ਵਿਸ਼ਾ ਲੱਗਾ ਹੈ ਜਦੋਂ ਸ਼ਿਕਾਰੀ ਘੰਡਾ ਦਾ ਨਾਦ ਵਜਾਉਂਦਾ ਚਾਟੀ ਉੱਪਰ ਚਮੜਾ ਬੰਨ੍ਹ ਕੇ ਉਹ ਵਜਾਇਆ ਜਾਂਦਾ ਉਹਨੂੰ ਘੰਡਾ ਦਾ ਨਾਦ ਕਹਿੰਦੇ ਬੜੀ ਪੱਦੀ ਜੀ ਆਵਾਜ਼ ਆਉਂਦੀ ਪਰ ਹਿਰਨ ਉਹਦੇ ਵੱਲ ਖਿੱਚਿਆ ਚਲਾ ਆਉਂਦਾ ਉਹਨੂੰ ਮਾਰ ਦਿੰਦੇ ਫੜ ਕੇ ਸ਼ਿਕਾਰ ਕਰ ਦਿੰਦੇ ਉਹਦਾ ਮ੍ਰਿਗ ਮੀਨ ਨਾਮ ਹੈ ਮੱਛੀ ਦਾ ਜੀਵ ਦੇ ਰਸ ਕਰਕੇ ਮੱਛੀ ਹੋਰ ਵੀ ਜਿਹੜੇ ਮੱਛੀਆਂ ਨੂੰ ਫੜਨ ਦੇ ਬੜੇ ਤਰੀਕੇ ਪਰ ਪੁਰਾਣੇ ਸਮੇਂ 'ਚ ਉਹ ਕੁੰਡੀ ਨਾਲ ਗੰਡਵਾ ਲਾ ਕੇ ਜਦੋਂ ਸਿੱਟਦੇ ਸਨ ਤੇ ਉਹ ਜੀਵ ਦੇ ਰਸ ਕਰਕੇ ਉਹ ਫਸ ਜਾਂਦੀ ਸੀ ਵਿੱਚ ਭ੍ਰਿੰਗ ਨਾਮ ਹੈ ਭੋਰੇ ਦਾ ਨਾਸਕਾ ਦੀ ਉਸਗੰਧੀ ਦਾ ਵਿਸ਼ਾ ਕਰਕੇ ਸੰਗ ਉਹਦਾ ਉਹ ਫੁੱਲ ਦੇ ਵਿੱਚ ਜਦੋਂ ਘੁੱਟ ਹੋ ਜਾਂਦਾ ਕਮਲ ਦਾ ਫੁੱਲ ਬੰਦ ਹੋ ਜਾਂਦਾ ਉਹਦੇ ਪ੍ਰਾਣ ਘੁੱਟੇ ਜਾਂਦੇ ਮਰ ਜਾਂਦਾ ਹੈ ਪਤੰਗ ਨਾਮ ਹੈ ਪਤੰਗੇ ਦਾ ਰੂਪ ਦਾ ਵਿਸ਼ਾ ਜਿੱਧਰ ਦੀਵੇ ਦੀ ਲਾਟ ਵੱਲ ਦੀ ਦੇਖੀ ਲਾਈਟ ਦੇਖੀ ਉਧਰ ਚਲਿਆ ਗਿਆ ਸੜ ਕੇ ਫਨਾਕ ਹੋ ਗਿਆ ਸਵਾਖ ਹੋ ਗਿਆ ਉੱਥੇ ਕੁੰਚਰ ਨਾਮ ਹੈ ਹਾਥੀ ਦਾ ਆਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਮੜੀ ਦੇ ਸਪਰਸ਼ ਕਰਕੇ ਉਹ ساری ਜ਼ਿੰਦਗੀ ਸਿਰ ਦੇ ਵਿੱਚ ਕੁੰਡੇ ਖਾਂਦਾ ਹੈ ਹਾਥੀ ਹਸਤੀ ਸਿਰ ਜੋ ਅੰਕੁਸ਼ ਹੈ ਅਹਰਣਜ ਸੇ ਜੋ ਸਿਰ ਦੇ ਉਹ ਕਾਗਜ਼ ਦੀ ਹਥਣੀ ਬਣਾ ਕੇ ਰੱਖ ਦਿੰਦੇ ਇੱਕ ਟੋਆ ਪੁੱਟ ਕਰਕੇ ਜਦੋਂ ਹਾਥੀ ਜਾਂਦਾ ਆਪਣੇ ਵਿਸ਼ੇ ਨੂੰ ਪ੍ਰਧਾਨ ਕਰਕੇ ਤੇ ਫੇਰ ਟੋਏ ਵਿੱਚ ਡਿੱਗਦਾ ਹੈ ساری ਜ਼ਿੰਦਗੀ ਗੁਲਾਮੀ ਦੀ কাটਦਾ ਹੈ ਤੇ ਮਹਾਰਾ ਫਰਮਾਨ ਕਰਦੇ ਇਹਨਾਂ ਨੇ ਭਾਈ ਇੱਕ ਇੱਕ ਵਿਸ਼ੇ ਦੀ ਸੰਗਤ ਕੀਤੀ ਸਿਰਫ ਇਹ ਪੰਜ ਜੀਵਾਂ ਦੇ ਨਾਮ ਦੱਸੇ ਪੰਜਾਂ ਨੇ ਇੱਕ ਇੱਕ ਵਿਸ਼ਾ ਭੋਗਿਆ ਤੇ ਸਾਰੀ ਜ਼ਿੰਦਗੀ ਆਪਣੀ ਜਿਹੜੀ ਉਹਨਾਂ ਸ਼ਾਵਰ ਕਰ ਦਿੱਤੀ ਜਾਂ ਗੁਲਾਮ ਹੋ ਗਏ ਜਾਂ ਮਾਰੇ ਗਏ ਤੇ ਮਹਾਰਾਜ ਫਰਮਾਨ ਕਰਦੇ ਪੰਜ ਦੁਖ ਅਸਾਧ ਜਾਮ ਹੈ ਜਿਹਦੇ ਚ ਪੰਜੇ ਦੇ ਪੰਜੇ ਹੀ ਖਾਨੇ ਹੈ ਤਾਂ ਕਿ ਕੇਤਕ ਆਸ ਉਹਦੇ ਬਚਨ ਦੀ ਕਿਥੋਂ ਤੱਕ ਆਸ ਕਰਦੇ ਇਸ ਵਾਸਤੇ ਮਹਾਰਾਜ ਫਰਮਾਨ ਕਰਦੇ ਵਿਖਿਆ ਵਿਖ ਜੋ ਵਿਸਾਰ ਹੈ ਜਿਹੜੇ ਵਿਸ਼ੇ ਹਨ ਭਾਈ ਇਹ ਜ਼ਹਿਰ ਰੂਪ ਹਨ ਮਾਰਾ ਨੇ ਤਿਆਗ ਨਹੀਂ ਕਿਸੇ ਚੀਜ਼ ਦਾ ਤਿਆਗੀ ਨਹੀਂ ਇਹ ਜ਼ਿੰਦਗੀ ਦੀ ਲੋੜ ਖਾ ਤੇਰੀ ਨਿਰਵਾਖ ਹੈ ਉਹਨੂੰ ਡਾਇਰੈਕਸ਼ਨ ਦਿੱਤੀ ਸੱਚੇ ਪਾਤਸ਼ਾਹ ਨੇ ਗ੍ਰਾਹੀ ਸਗਲ ਤਿਆਗ ਵਿਵਰਜਿਤ ਸਗਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ ਮਹਾਰਾ ਨੇ ਜਿੱਥੇ ਦੁਨੀਆਂ ਦੇ ਗ੍ਰੰਥ ਕਹਿੰਦੇ ਸਨ ਬੇ ਜਿਹੜਾ ਬਿਲਕੁਲ ਤਿਆਗ ਕਰ ਦੇਵੇ ਇਸਤਰੀ ਦਾ ਉਹਦਾ ਨਾਮ ਜਤੀਹ ਹੈ ਤੇ ਗੁਰਮਤ ਨੇ ਗਿਆ ਨਹੀਂ ਪਾਈ ਏਕਾਂ ਨਾਰੀ ਜਤੀ ਹੋਏ ਉਹ ਡਾਇਰੈਕਸ਼ਨ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਤੇ ਮਹਾਰਾ ਪ੍ਰਮਾਨ ਕਰਦੇ ਜਿਹੜੇ ਵਿਖੇ ਇਹ ਮਾਨੋ ਜ਼ਹਿਰ ਦੀ ਤਰ੍ਹਾਂ ਹਨ ਭਾਈ ਜੇ ਉਹ ਵਿਸਾਰ ਇਸ ਤਰ੍ਹਾਂ ਜਾਣ ਕਰਕੇ ਛੱਡ ਦੇ ਪ੍ਰਭ ਕਾ ਜਸ ਹੀਏ ਧਾਰ ਤੇ ਵਾਹਿਗੁਰੂ ਦਾ ਜਸ ਹਿਰਦੇ ਚ ਧਾਰਨਾ ਕਰ ਭਗਤ ਜੀ ਫਰਮਾਨ ਕਰਦੇ ਹਨ ਇਹ ਵਿਸ ਗੰਧਲਾਂ ਇਹ ਜਿਹੜੇ ਵਿਸ਼ੇ ਜ਼ਹਿਰ ਦੀਆਂ ਗੰਧਲਾਂ ਸ਼ੂਗਰ ਕੋਟੜ ਕੀਤੀਆਂ ਹੋਈਆਂ ਹਨ ਜਿਸ ਤਰ੍ਹਾਂ ਮਾਨੋ ਘੜੇ ਦੇ ਵਿੱਚ ਤਾਂ ਜ਼ਹਿਰ ਭਰੀ ਹੋਵੇ ਉੱਤੇ ਮੂਹ ਨੂੰ ਘੜੇ ਦੇ ਦੁੱਧ ਲੱਗਾ ਹੋਵੇ ਪਰ ਹੈ ਤਾਂ ਜ਼ਹਿਰ ਕੀ ਉਹ ਇਸੇ ਤਰ੍ਹਾਂ ਜਿਹੜੇ ਵਿਸ਼ੇ ਵਿਕਾਰ ਸਾਨੂੰ ਬੜੇ ਮਨ ਨੂੰ ਲੁਭਾਉਂਦੇ ਹਨ ਬੜੇ ਚੰਗੇ ਲੱਗਦੇ ਹਨ ਪਰ ਇਹ ਉਹ ਗੱਲ ਹੈ ਕਿ ਜਿਵੇਂ ਘੜੇ ਦੇ ਮੂਹ ਨੂੰ ਦੁੱਧ ਲੱਗਾ ਹੋਵੇ ਜਾਂ ਅੰਮ੍ਰਿਤ ਲੱਗਾ ਹੋਵੇ ਪਰ ਭਰਿਆ ਜ਼ਹਿਰ ਨਾਲ ਹੋਵੇ ਪੂਰਾ ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਨ ਵਿਖੇ ਵਿਖਿਆ ਵਿਖੇ ਜੋ ਵਿਸਾਰ ਪ੍ਰਭ ਕੋ ਜਸ ਹੀਏ ਧਾਰ ਵਾਹਿਗੁਰੂ ਦਾ ਜਸ ਆਪਣੇ ਹਿਰਦੇ ਚ ਧਾਰਨਾ ਕਰ ਨਾਨਕ ਜਨ ਕਹਿ ਪੁਕਾਰ ਮਹਾਰਾਜ ਕਹਿਣ ਲੱਗੇ ਭਾਈ ਮੈਂ ਤੈਨੂੰ ਪੁਕਾਰ ਪੁਕਾਰ ਕੇ ਵਾਜਾ ਮਾਰ ਮਾਰ ਕੇ ਸਮਝਾ ਰਿਹਾ ਹਾਂ ਕਹਿ ਰਿਹਾ ਹਾਂ ਔਸਰ ਵਿਹਾਤ ਹੈ ਜਿਹੜਾ ਔਸਰ ਇਹ ਤੈਨੂੰ ਮੌਕਾ ਮਿਲਿਆ ਹੋਇਆ ਹੈ ਇਹ ਬੀਤ ਜਾ ਰਿਹਾ ਬੀਤਦਾ ਜਾ ਰਿਹਾ ਹੈ ਭਾਈ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮਹ ਪ੍ਰਾਣੀ ਸ਼ਿਨ ਸ਼ਿਨ ਔਦ ਵਿਹਾਤ ਹੈ ਫੂਟੇ ਘਟ ਜਿਓ ਪਾਣੀ ਇੱਕ ਨਿਮਖ ਨਿਮਖ ਇੱਕ ਸੈਕਿੰਡ ਸੈਕਿੰਡ ਕਰਕੇ ਉਮਰ ਤੇਰੀ ਬੀਤਦੀ ਜਾ ਰਹੀ ਹੈ ਜਿਸ ਤਰ੍ਹਾਂ ਟਿੜਕੇ ਹੋਏ ਘੜੇ ਦਾ ਪਾਣੀ ਉਹ ਸਿਮ ਦਾ ਸਿਮ ਦਾ ਮੁੱਕ ਜਾਂਦਾ ਹੈ ਇਸ ਤਰ੍ਹਾਂ ਮਹਾਰਾ ਫਰਮਾਨ ਕਰਦੇ ਅਵਸਰ ਬਿਹਾਤ ਹੈ ਇਹ ਜਿਹੜਾ ਤੈਨੂੰ ਅਵਸਰ ਮੌਕਾ ਮਿਲਿਆ ਸੁਨਹਿਰੀ ਮੌਕਾ ਕਹਿ ਰਹੀ ਹੈ 골ਡਨ ਚਾਂਸ ਮਹਾਰਾ ਫਰਮਾਨ ਕਰਦੇ ਫਿਰ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ ਇਹ 84 ਲੱਖ ਡੰਡਿਆਂ ਦੀ ਪੌੜੀ ਆਖਰੀ ਪੌੜਾ ਗਹਿ ਲਈਏ ਮਨੁੱਖਾ ਜਨਮ ਜਿਹੜਾ ਇਹ ਤੋਂ ਚੁੱਕ ਗਿਆ ਫਿਰ ਆਏ ਜਾਏ ਦੁੱਖ ਪਾਏ ਦਾ ਫਿਰ ਉਹਨੂੰ ਆਉਣ ਜਾਣ ਦਾ ਦੁੱਖ ਜਿਹੜਾ ਭੋਗਣਾ ਪੈਂਦਾ ਹੈ ਫੇ ਮਹਾਰਾਜ ਫਰਮਾਨ ਕਰਦੇ ਰੇ ਮਨ ਫੇ ਮਨਾ ਦੱਸ ਮੈਨੂੰ ਕੌਣ ਗਤ ਹੋਏ ਹੈ ਤੇਰੀ ਤੇਰੀ दशा ਕੀ ਹੋਵੇਗੀ ਫਿਰ ਦੱਸ ਜੇ ਤੂੰ ਨਾ ਸਮਝਿਆ ਇਹ ਜਗ ਮਹਿ RAM ਨਾਮ ਇਸ ਸੰਸਾਰ ਦੇ ਵਿੱਚ ਜਿਹੜਾ RAM ਦਾ ਨਾਮ ਹੈ ਸੋ ਤੋਂ ਨਹੀਂ ਸੁਨਿਓ ਕਾਨ ਉਹਦੂ ਜਪਣਾ ਦਾ ਕੀ ਸੀ ਤੂੰ ਸੁਣਿਆ ਵੀ ਨਹੀਂ ਕੰਨਾਂ ਨਾਲ ਕਹਿੰਦੇ ਇਹਦੀ ਕੀ ਜ਼ਰੂਰਤ ਹੈ ਹੋਰ ਕੰਮ ਬੜੇ ਹਜੇ ਕਰਨ ਵਾਲੇ ਪਏ ਹਨ ਜਪ ਲਵਾਂਗੇ ਨਾਮ ਵੀ ਕੋਈ ਗੱਲ ਨਹੀਂ ਮਹਾਰਾ ਕਹਿਣ ਲੱਗੇ ਉਹ ਸੁਣਿਆ ਵੀ ਨਹੀਂ ਹੋਰ ਜਿਹੜੇ ਕਿਉਂਕਿ ਸਮੇਂ ਦਾ ਪ੍ਰਭਾਵ ਐਸਾ ਉਹ ਨਾਮ ਨਹੀਂ ਸੁਣਿਆ ਜਾਂਦਾ ਹੋਰ ਸਾਰਾ ਕੁਝ ਜਿੰਨਾ ਮਰਜੀ ਜਿੰਨਾ ਚਿਰ ਮਰਜੀ ਸੁਣਾ ਲਓ ਤੇ ਮਾਰਾ ਫਰਮਾਨ ਕਰਦੇ ਜੱਗ ਮੈਂ RAM ਨਾਮ ਸੋ ਤੋਂ ਨਹੀਂ ਸੁਨਿਓ ਕਾਨ ਵਿਖੇਨ ਸੋ ਅਤਲਵਾਨ ਕਿਉਂ ਨਹੀਂ ਸੁਨਿਆ ਜਿਹੜੇ ਆ ਵਿਸ਼ੇਵਕਾਰ ਇਹਨਾਂ ਨੇ ਤੇਰਾ ਮਨ ਬੜਾ ਲਵਾਇਆ ਇਧਰ ਨੂੰ ਬੜਾ ਭਜਦਾ ਸੀ ਮਨ ਤਾਂ ਕਰਕੇ ਨਾਮ ਕਦੋਂ ਸੁਣਨਾ ਸੀ ਮਤ ਨਾਹਨ ਫੇਰੀ ਤੇ ਨਾ ਹੀ ਤੂੰ ਕੋਸ਼ਿਸ਼ ਕੀਤੀ ਵੀ ਮੈਂ ਆਪਣੀ ਮਤ ਫੇਰ ਲਵਾ ਇਧਰੋਂ ਇਧਰੋਂ ਮਤ ਵੀ ਨਹੀਂ ਫੇਰੀ ਰਖਾਓ ਸਥਾਈ ਵਿਸਰਾਮ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖਕ ਕੀਨ ਮਨੁੱਖ ਦਾ ਜਨਮ ਤਾਂ ਲੈ ਲਿਆ ਪਰ ਸਿਮਰਨ ਨਹੀਂ ਕੀਤਾ ਨਿਮਖ ਪਰ ਵੀ ਤੇ ਦਾਰਾ ਸੁਖ ਭਇਓ ਦੀਨ ਪਘੋਪਰੀ 베ਰੀ ਜਿਹੜੇ ਇਹ ਆਪਣੇ ਕੁਟੰਬ ਦੇ ਸੁੱਖਾਂ ਨੂੰ ਜਾਣ ਕਰਕੇ ਦਾਰਾ ਕਹਿੰਦੇ ਇਸਤਰੀ ਨੂੰ ਤੇ ਦਾਰਾ ਸੁਖ ਭਇਓ ਦੀਨ ਉਹਨਾਂ ਵਿਸ਼ੇ ਵਕਾਰਾਂ ਦੇ ਸੁੱਖਾਂ ਦੇ ਵਿੱਚ ਦੀਨ ਪੈ ਗਏ ਜਿਹੜਾ ਬਣ ਗਿਆ ਉਹ ਸਮਝ ਲਾਓ ਪਗੋ ਪਈ 베ੜੀ ਐ ਤੇਰੇ ਪੈਰਾਂ ਚ 베ੜੀਆਂ ਪਈਆਂ ਹੋਈਆਂ ਹਨ ਜਿਹੜੀਆਂ ਤੈਨੂੰ ਮੁਕਤ ਨਹੀਂ ਖੋਣ ਦਿੰਦੀਆਂ ਨਾਨਕ ਜਨ ਕਹਿ ਪੁਕਾਰ ਸੁਪਨੇ ਜੋ जग ਪਸਾਰ ਸਿਮਰਤ ਨਹਿ ਕਿਉ ਮਰਾਰ ਮਾਇਆ ਜਾ ਕੀ ਚੇਰੀ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਮੋਹਰ ਲਾਉਂਦੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ਼ਾ ਫੁਰਮਾਨ ਕਰਦੇ ਹਨ ਕਿ ਤੈਨੂੰ ਭਾਈ ਪੁਕਾਰ ਪੁਕਾਰ ਕੇ ਬਾਜਾਂ ਮਾਰ ਮਾਰ ਕੇ ਤੈਨੂੰ ਸੁਚੇਤ ਕਰ ਰਿਆ ਹਾਂ ਸੁਭਨੇ ਜੋ जग ਪਸਾਰੇ ਸਾਰਾ ਇੱਕ ਸੁਭਨਾ ਚੱਲ ਰਿਹਾ ਹੈ ਇਹਦੇ ਵਿੱਚ ਜਿਹਨੇ ਨਾਮ ਲੈ ਲਿਆ ਉਹ ਪਾਰ ਹੋ ਗਏ ਇਸ ਭਵਪਸਾਗਰ ਤੋਂ ਸਿਮਰਤ ਨਾ ਕਿਉਂ ਮਰਾਰ ਕਿਉਂ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਮਾਇਆ ਜਾ ਕੀ 체ਰੀ ਜਿਹੜੀ ਮਾਇਆ ਨੇ ਤੈਨੂੰ ਭਾਈ ਲੁਭਾਇਆ ਹੋਇਆ ਹੈ ਤਾਂ ਉਹਦੀ ਦਾਸ ਹੀ ਹੈ ਉਹਦੀ 체ਰੀ ਹੈ ਇਸ ਤਰ੍ਹਾਂ ਮਹਾਰਾ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਤਨ ਤਨ ਸੰਪੈ ਸੁਖ ਦਿਓ ਇਹ ਸਾਰਾ ਕੁਝ ਉਸ ਵਾਹਿਗੁਰੂ ਨੇ ਤੈਨੂੰ ਦਿੱਤਾ ਹੈ ਇਥੋਂ ਤੱਕ ਕੇ ਤੇਰਾ ਸਰੀਰ ਵੀ ਧਨ ਵੀ ਸਾਰੀ ਸੰਪਦਾ ਸਾਰੇ ਸੁੱਖ ਜਿਹੜੇ ਤੂੰ ਮਾਣ ਰਿਆ ਹੈ ਔਰ ਜਿਹ ਨੀਕੇ ਧਾਮ ਜਿਹੜੇ ਸੁੰਦਰ ਘਰਾਂ ਵਿੱਚ ਤੂੰ ਰਹਿ ਰਿਆ ਹੈ ਕਹ ਨਾਨਕ ਸੁਨ ਰੇ ਮਨਾ ਇਹ ਮੇਰੇ ਮਨਾ ਸੁਣਨਾ ਕਰ ਤੈਨੂੰ ਮਹਾਰਾਜ ਕਹਿਣ ਲੱਗੇ ਕਹਿ ਰਹੇ ਹਾਂ ਅਸੀਂ ਸਿਮਰਤ ਕਾਹੇ ਨਾ RAM ਉਹਨੂੰ ਫਿਰ ਕਿਉਂ ਨਹੀਂ ਸਿਮਰਦਾ ਇਸ ਤਰ੍ਹਾਂ ਮਾਰਾ ਸੱਚੇ ਪਾਤਸ਼ਾਹ ਬਾਜਾਂ ਮਾਰ-ਮਾਰ ਕੇ ਪੁਕਾਰ ਪਾਰ ਪੁਕਾਰ ਕੇ ਮਨ ਨੂੰ ਝੰਜੋੜ ਝੰਜੋੜ ਕੇ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਕਿਦਰੇ ਇਹਨੂੰ ਇਹ ਸੋਝੀ ਹੋ ਜਾਵੇ ਅੱਜ ਦੇ ਸਮੇਂ ਦੀ ਇੱਥੇ ਸਮਾਪਤੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜੇ ਭੋਗਾਂ ਦੇ ਸ਼ਲੋਕ ਉਹਨਾਂ ਦੀ ਮਹਾਰ ਸੱਚੇ ਪਾਤਸ਼ਾਹ ਸਾਂਝ ਪਵਾਰ ਰਹੇ ਹਨ ਉਹ ਆਉਣ ਵਾਲੇ ਸਮੇਂ ਦੇ ਅੰਦਰ ਰਹਿੰਦੇ ਸ਼ਲੋਕਾਂ ਦੇ ਨਾਲ ਆਪਾਂ ਜੁੜਨ ਦਾ ਯਤਨ ਕਰਾਂਗੇ ਬੋਲਦਿਆਂ ਤੋਂ ਹੋਈਆਂ ਸਮੁੱਚੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਣੀ ਤਨ 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 ਆਦ ਸ੍ਰੀ ਗੁਰੂ ਗ੍ਰੰਥ ਸਾਹਿਬਾ ਮਹਾਰਾ ਸੱਚੇ ਪਾਤਸ਼ਾਹ ਸਤ ਗੁਰਾਂ ਦੀ ਸੰਗਤ ਬਖਸ਼ਣ ਜੋਗ ਹੈ ਭੁੱਲਾ ਨਾਚ ਤਾਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ